ਇਹ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਤੋਂ। ਵੇਰਕਾ ਦੇ ਵਿੱਚ ਵਿਸ਼ਵ ਭਾਰਤੀ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਦਾਦੇ ਅਤੇ ਪੋਤੇ ਨੂੰ ਕੁੱਟਣ ਮਾਰਨ ਦੇ ਇਲਜ਼ਾਮ ਲੱਗੇ ਨੇ। ਦੱਸ ਦਈਏ ਕਿ ਤੀਸਰੀ ਕਲਾਸ ਦੇ ਵਿੱਚ ਪੜ੍ਹਨ ਵਾਲੇ ਰਮਨ ਨੂੰ ਪਹਿਲਾਂ ਪ੍ਰਿੰਸੀਪਲ ਦੇ ਵੱਲੋਂ ਕੁੱਟਿਆ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਦਾਦਾ ਇਸ ਗੱਲ ਦੀ ਸ਼ਿਕਾਇਤ ਲੈ ਕੇ ਜਾਂਦਾ ਤਾਂ ਪ੍ਰਿੰਸੀਪਲ ਦੇ ਵੱਲੋਂ ਉਸ ਦਾ ਵੀ ਕਟਾਪਾ ਚਾੜ ਦਿੱਤਾ ਜਾਂਦਾ। ਇਹਨਾਂ ਸਾਰੇ ਇਲਜ਼ਾਮਾਂ ਦੇ ਬਾਰੇ ਪ੍ਰਿੰਸੀਪਲ ਸਮੇਤ ਬਾਕੀ ਲੋਕਾਂ ਦਾ ਕੀ ਕਹਿਣਾ ਉਹ ਜਾਣ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਇਸ ਮਾਸੂਮ ਬੱਚੇ ਦੇ ਮੂੰਹੋਂ ਸੁਣੋ ਕਿ ਕਿਵੇਂ ਉਸ ਨੂੰ ਅਤੇ ਉਸ ਦੇ ਦਾਦੇ ਨੂੰ ਕੁੱਟਿਆ ਗਿਆ ਸੀ। ਨਾਮ ਦੱਸੋ ਆਪਣਾ। ਰਮਨ। ਕਿੱਥੇ ਪੜ੍ਹਦੇ ਹੋ? ਵਿਸ਼ਵ ਪਬਲਿਕ ਸਕੂਲ। ਕਿਹੜੇ ਕਲਾਸ? ਤੀਸਰੀ। ਕੀ ਹੋਇਆ ਦਾਦੂ ਨਾਲ? ਦਾਦੂ ਕੱਲ੍ਹ ਮੈਂ ਨਾ ਸਵੇਰ ਮੇਰੇ ਹੱਥ ਸਰ ਨੇ ਨਾ ਸਕਿੱਟਾਂ ਮਾਰੀਆਂ, ਉਹਦੇ ਬਾਅਦ ਦਾਦੂ ਸਮਝਾਉਣ ਗਏ ਅਤੇ ਫਿਰ ਬਾਹਰ ਕਹਿੰਦੇ ਬਾਹਰ ਗਏ, ਫਿਰ ਨਾ ਉਹਨਾਂ ਨੇ ਨਾ ਧੱਕਾ ਦਿੱਤਾ ਥੱਲੇ ਸੁੱਟ ਕੇ ਨਾ ਡੰਡ ਫਿਰ ਠੁੱਡ ਮਾਰੇ, ਫਿਰ ਨਾ ਮੇਰੇ ਪਾਪਾ ਨੇ ਵੀ ਕੁੱਟਣ ਲੱਗ ਪਏ। ਤੁਹਾਨੂੰ ਕਿਉਂ ਮਾਰਿਆ ਸੀ? ਸਾਨੂੰ ਯੂਨੀਫਾਰਮ ਤੋਂ ਮਾਰਿਆ ਸੀ। ਕਿੰਨੇ ਮਾਰੇ ਸੀ? ਸਰ ਨੇ। ਫਿਰ ਫਿਰ ਬਾਹਰ ਲੈ ਗਏ ਅਤੇ ਮੇਰੇ ਦਾਦੂ ਨੂੰ ਬਾਹਰ ਲੈ ਗਏ ਅਤੇ ਫਿਰ ਉਹਦੇ ਦੋ ਇੱਕ ਸਰ ਸੀ ਅਤੇ ਬਾਕੀ ਮੁੰਡੇ ਉਹਨੇ ਬੁਲਾਲੇ ਅਤੇ ਦੋ ਬੇਟੇ ਸੀ ਉਹਦੇ, ਅਤੇ ਥੱਲੇ ਸੁੱਟ ਕੇ ਅਤੇ ਠੁੱਡ ਮਾਰਨ ਲੱਗ ਪਏ। ਬਾਅਦ 'ਚ ਮੇਰੇ ਪਾਪਾ ਨੂੰ ਮਾਰਨ ਲੱਗ ਪਏ ਧੋਣ ਦੀ ਚਪੇੜਾਂ। ਦਾਦੂ ਨੂੰ ਕਿੰਨਾ 'ਚ ਮਾਰਿਆ? ਦਾਦੂ ਨੂੰ ਤਾਂ ਅੱਠ 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 ਬਾਰ੍ਹਾਂ ਫਿਰ ਠੁੱਡ ਮਾਰੇ। ਫਿਰ ਸੱਟਾਂ ਲੱਗੀਆਂ ਦਾਦੂ ਦੇ? ਬੜੀਆਂ ਸੱਟਾਂ ਵੀ ਲੱਗੀਆਂ ਸੀ। ਤੈਨੂੰ ਮਾਰਦੇ ਸੀ? ਹਾਂਜੀ, ਮੈਨੂੰ ਡੰਡੇ ਮਾਰੇ ਸੀ। ਸੱਟਾਂ ਲੱਗੀਆਂ ਦਾਦੂ? ਦਾਦੂ ਸੱਟਾਂ ਲੱਗੀਆਂ। ਆਪਣਾ ਨਾਮ ਦੱਸੋ? ਮੇਰਾ ਨਾਮ ਰਮੇਸ਼ ਕੁਮਾਰ। ਕਿੱਥੋਂ ਰਹਿਣ ਵਾਲੇ? ਮੈਂ ਨਵੀਂ ਵਾਦੀ ਵੇਰਕੇ ਦਾ ਰਹਿਣ ਵਾਲਾ। ਕੀ ਮਾਮਲਾ ਤੁਹਾਡਾ? ਮਾਮਲਾ ਕੁਝ ਨਹੀਂ ਸਰ, ਇਹਦੇ ਸਕੂਲ ਹੈਗਾ ਵਿਸ਼ੂ ਪਬਲਿਕ ਸਕੂਲ ਹੈਗਾ, ਉੱਥੇ ਮੇਰਾ ਪੋਤਰੇ ਦੋ ਸਕੂਲੇ ਪੜ੍ਹਦੇ ਹੈਗੇ ਆ। ਇੱਕ ਦਿਨ ਵੀਰਵਾਰ ਵਾਲੇ ਦਿਨ ਮੇਰੇ ਪੋਤਰੇ ਵੱਡੇ ਦੇ ਰਮਨ ਕੁਮਾਰ ਦੇ ਇੰਨੇ ਕੁੱਟਿਆ ਹੈਗਾ, ਇਹਨੇ ਸੋਟੀਆਂ ਮਾਰੀਆਂ ਨੇ। ਬੇਟਾ ਆ ਕੇ ਪੋਤਰਾ ਘਰ ਕਹਿੰਦਾ ਵਾ ਪਾਪਾ ਦਾਦੂ ਇਹਨੇ ਮੈਨੂੰ ਕੁੱਟਿਆ ਹੈਗਾ ਵਾ ਮਾਸਟਰ ਨੇ, ਮੈਂ ਨਹੀਂ ਸਕੂਲੇ ਜਾਣਾ। ਮੈਂ ਕਿਹਾ ਪੁੱਤ ਕਿਉਂ? ਕਹਿੰਦਾ ਨਹੀਂ, ਇਹਨੇ ਮੈਨੂੰ ਕੁੱਟਿਆ ਹੈਗਾ ਵਾ। ਮੈਂ ਕਿਹਾ ਚੱਲ ਠੀਕ ਆ, ਮੈਂ ਜਾਂਦਾ। ਮੈਂ ਗਿਆ ਜਾ ਕੇ ਮੈਂ ਪੁੱਛਿਆ, ਮੈਂ ਸਰ ਇਹਨੂੰ ਬੇੜੇ ਨੂੰ ਕਿਉਂ ਤੁਸੀਂ ਮਾਰਿਆ, ਇਹ ਯੂਨੀਫਾਰਮ ਨਹੀਂ ਪਾਈ? ਮੈਂ ਕਿਹਾ ਸਰ ਤੁਸੀਂ, ਤੁਹਾਡਾ ਫਰਜ਼ ਬਣਦਾ ਸਾਨੂੰ ਦੱਸਣਾ। ਮੈਂ 6 ਮਹੀਨੇ ਹੋ ਗਏ ਆ, ਤੁਸੀਂ ਮਾਰਚ ਤੋਂ ਲੈ ਕੇ ਅਸਤੰਬਰ ਤੱਕ ਤੁਸੀਂ ਸਾਡੇ ਕੋਲ ਫੀਸਾਂ ਲੈ ਰਹੇ ਹੋ, ਤੁਸੀਂ ਸਾਡਾ ਦੱਸਣਾ ਫਰਜ਼ ਬਣਦਾ ਹੈਗਾ ਵਾ ਵੀ ਤੁਸੀਂ ਤੁਹਾਡੇ ਬੱਚੇ ਨੂੰ ਇੱਕ ਵੀ ਯੂਨੀਫਾਰਮ ਲੱਗੀ ਆ, ਤੁਹਾਡਾ ਕੋਈ ਇੱਕ ਪੈਸਾ ਨਹੀਂ ਦੇਣ ਵਾਲਾ ਹੈਗਾ, ਤੁਹਾਨੂੰ ਸਾਰੇ ਕੈਸ਼ ਸਾਡੇ ਪੈਸੇ ਆਉਂਦੇ, ਇੱਕ ਦਿਨ ਤੁਹਾਡੀ ਫੀਸ ਨਹੀਂ ਲੇਟ ਹੋ ਰਹੀ ਵੀ, ਅਤੇ ਤੁਸੀਂ ਸਾਨੂੰ ਦੱਸੋ ਨਹੀਂ ਜੇ ਤੂੰ ਬੱਚਾ ਤੁਹਾਡਾ ਇਸ ਤਰ੍ਹਾਂ ਕਰੇਗਾ ਨਹੀਂ ਯੂਨੀਫਾਰਮ ਪਾ ਕੇ ਆਏਗਾ ਕੁੱਟਣਾ ਹੀ ਕੁੱਟਣਾ ਵਾ। ਮੈਂ ਕਿਹਾ ਕੋਈ ਸਵਾਲ ਥੋੜ੍ਹੀ ਹੈਗਾ, ਤੁਸੀਂ ਬੱਚੇ ਨੂੰ ਨਜਾਇਜ਼ ਕੁੱਟੋਗੇ? ਕਹਿੰਦਾ ਨਹੀਂ ਮੈਂ ਕੁੱਟਣਾ ਕੁੱਟਣਾ। ਮੈਂ ਫਿਰ ਭਾਅ ਜੀ ਫਿਰ ਬਾਹਰ ਆ ਕੇ ਗੱਲ ਕਰੋ, ਅਜੇ ਬਾਹਰ ਆ ਕੇ ਮੈਂ ਖਲੋਤਾ ਹੀ ਹਾਂ, ਇਹਦੇ ਨਾਲ ਮਾਸਟਰ, ਇਹਦੇ ਦੋ ਮੁੰਡੇ, ਇੱਕ ਇਹਦਾ ਭਨੇਵਾ ਹੈਗਾ ਵਾ, ਇੱਕ ਲਾਲੀ ਹੈਗਾ ਵਾ, ਦੋ ਤਿੰਨ ਬੰਦੇ ਹੋਰ, 5-6 ਜਾਣੇ। ਜੇ ਮੈਂ ਗੱਲ ਕਰਨ ਹੀ ਲੱਗਾ ਵਾ ਇਹਨਾਂ, ਮੈਨੂੰ ਪਿੱਛੋਂ ਗੱਲ ਤੋਂ ਕਰਲਵੇਂ ਤੋਂ ਫੜ ਕੇ ਇਹਨਾਂ ਥੱਲੇ ਸੁੱਟ ਕੇ ਮੇਰੇ ਠੋਡੋ ਵਰਾਈਟ ਅਗੇ ਬਰਾਂ ਦੇ ਹੱਥ 'ਚ ਨਹੀਂ ਹੈਗੀ। ਮੈਂ ਮਾਹ ਹੀ ਆਪਣੀ ਜਾਨ ਬਚਾ ਕੇ ਇਹਨਾਂ ਕੋਲ ਨਿਕਲਿਆ। ਫਿਰ ਮੈਂ ਪੁਲਿਸ ਥਾਣੇ ਗਿਆ ਵਾਂ, ਉੱਥੇ ਮੇਰੇ ਨਾਲ ਹੀ ਪੋਤਰੇ ਗਏ ਆ, ਉਹਨਾਂ ਨੇ ਜਾ ਕੇ ਇਹਨੂੰ ਐਪਲੀਕੇਸ਼ਨ ਲਿਖੀ ਆ। ਉਸੇ ਵੇਲੇ ਪੁਲਿਸ ਵਾਲੇ ਆ ਗਏ ਆ, ਉਧਰੋਂ PCR ਵਾਲੇ ਵੀ ਆ ਗਏ ਆ, ਫਿਰ ਇਹਨਾਂ ਨੂੰ ਲੈ ਗਏ ਆ। ਮੇਰੀ ਕੋਈ ਕਾਰਵਾਈ ਨਹੀਂ ਕੀਤੀ, ਮੇਰਾ ਐਕਸਰੇ ਹੋਇਆ ਸਭ ਕੁਝ, ਮੇਰੀਆਂ 2 ਹੱਡੀਆਂ ਟੁੱਟੀਆਂ ਨੇ ਪਸਲੀ ਦੀਆਂ। ਹਾਂ, ਇੱਥੇ ਇਹਦੇ ਕੋਲ CCTV ਕੈਮਰੇ ਦੀਆਂ ਹੈਗੀਆਂ ਫੋਟੋਆਂ, ਚੈੱਕ ਕਰਵਾ ਸਕਦੇ ਹੋ, ਇਹ ਡਿਲੀਟ ਨਾ ਮਾਰ ਦਿੱਤੇ ਵੀ ਹੋਵੇ। ਬੱਚਾ ਇੱਕ ਮੇਰਾ 3ਰੀ 'ਚ ਪੜ੍ਹਦਾ ਹੈਗਾ ਬਾਈ, KLKG 'ਚ ਪੜ੍ਹਦਾ ਹੈਗਾ। ਮੰਗ ਹੀ ਕਰਦੇ ਵੀ ਇਹੋ ਜਿਹਾ ਬੰਦਾ ਗੁੰਡਾਗਰਦੀ ਕਰਦਾ ਪਿਆ, ਜੇ ਬੰਦੇ ਦਾ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਵਾ। ਹਰ ਇੱਕ ਬੱਚੇ ਨੂੰ ਚਪੇੜਾ ਮਾਰਦਾ ਪਿਆ ਵਾ, ਹਰ ਇੱਕ ਬੱਚੇ ਦਾ ਲੱਕੇ ਦਾ ਲਿਹਾਜ਼ ਕੋਈ ਨਹੀਂ ਕਰਦਾ। 2 ਪਰਚੇ ਗਏ ਦੇ ਕੇ ਥਾਣੇ 'ਚ ਹੈਗੇ ਆ, ਇੱਕ 10ਵੀਂ ਕਲਾਸ 'ਚ ਮੁੰਡਾ ਹੈਗਾ ਵਾ, ਉਹਦੇ ਪੱਗ ਲਾਈ ਆ, ਉਹਦਾ ਪਰਚਾ ਵੀ ਇਹਦੇ ਕੋਲ ਹੈਗਾ। ਕੱਲ੍ਹ ਧੱਕੇਸ਼ਾਹੀ ਦੇ ਨਾਲ ਉਹਦੇ ਬੰਦੇ ਦਾ ਪਰਚੇ ਦਾ ਦਿਨ ਨੇ ਫੈਸਲਾ ਕਰਵਾਇਆ ਹੈਗਾ, ਕਿਉਂਕਿ ਮੁੰਡਾ 10ਵੀਂ 'ਚ ਪੜ੍ਹਦਾ ਹੈਗਾ, ਮੇਰੀ 10ਵੀਂ ਕਲਾਸ ਖਰਾਬ ਨਾ ਹੋ ਜਾਵੇ। ਧਮਕੀਆਂ ਲਾਉਂਦਾ ਤਾਂ ਮੁੰਡਾ ਜਿਹੜਾ ਹੈਗਾ ਵਾ, ਕਹਿੰਦਾ ਹੁਣੇ ਮੈਂ ਮੁੰਡੇ ਸੱਦਦਾ ਵਾਂ, ਮੈਂ ਤੂੰ ਸੱਦ ਭਰਾ ਮੁੰਡੇ ਨਾ, ਮੈਂ ਲੜਨ ਗਿਆ ਵਾਂ। ਜੇ ਮੈਂ ਲੜਾਈ ਉਹਨੇ ਪਰ ਇਹੋ ਗੱਲ ਕਰਕੇ, ਜੇ ਗੱਲ ਕਰਨੀ ਲੱਗੇ ਉਹਦੇ ਜਿਹੜੇ ਮੁੰਡੇ ਹੈਗੇ ਉਹਨਾਂ ਪਿੱਛੋਂ ਫੜ ਕੇ ਧੱਕਾ ਮਾਰ ਕੇ ਮੈਨੂੰ ਪਿੱਛੇ ਸੁੱਟਤਾ। ਮੰਗ ਕਰਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ, ਇਹੋ ਜਿਹੇ ਸਕੂਲ ਬੰਦ ਹੋਣੇ ਚਾਹੀਦੇ ਆ। ਸ਼ਨੀਆ ਤੋਂ ਪੇਰੈਂਟਸ ਮੀਟਿੰਗ ਕਰ ਰਹੇ ਹੋ, ਠੀਕ ਹੈ, ਦੱਸੋ ਸਾਨੂੰ ਯੂਨੀਫਾਰਮ ਲੈ ਕੇ ਦੇ ਦਈਏ। ਮੈਂ ਤੁਸੀਂ ਕਿਉਂ ਮਾਰਿਆ? ਕਹਿੰਦਾ ਸੀ ਮਾਰਨਾ ਵਾ। ਮੈਂ ਫਿਰ ਭਾਅ ਜੀ ਫਿਰ ਮੇਰੇ ਨਾਲ ਬਾਹਰ ਆ ਕੇ ਗੱਲ ਕਰੋ, ਬਾਹਰ ਆ ਕੇ ਗੱਲ ਕਰਨਗੇ ਜੇ ਖਲੋਤਾ ਹੀ ਹੈਗਾ ਵਾ। 3-4 ਜਾਣੇ ਹੋ ਰਿਹਾ ਮੈਨੂੰ ਅਜੇ ਖਲੋਤੇ, ਮੇਰੇ ਪਿੱਛੇ ਧੱਕਾ ਮਾਰ ਕੇ ਕਾਲਰੋਂ ਫੜ ਕੇ ਮੈਨੂੰ ਥੱਲੇ ਸੁੱਟਦਾ ਅਤੇ ਮੈਂ ਠੁੱਡ ਮਾਰਨ ਲੱਗ ਪਏ। ਨਾ ਕਦੀ ਬਹਿਸ ਹੋਈ ਨਹੀਂ ਮੇਰੇ ਵੇਰਕਾ ਜੀ। ਇਹ ਜਿਹੜਾ ਮਾਮਲਾ ਜੀ ਤੁਹਾਡੇ ਸਕੂਲ ਦਾ, ਕੀ ਮਾਮਲਾ ਸਾਰਾ? ਪ੍ਰਿੰਸੀਪਲ ਦੇ ਇਲਜ਼ਾਮ ਲਾਏ ਜਾ ਰਹੇ। ਮਾਮਲਾ ਜੀ ਵਿਸ਼ਵ ਪਬਲਿਕ ਸਕੂਲ ਦਾ ਵਾ, ਜੋ ਜਗਜੀਤ ਸਿੰਘ ਪ੍ਰਿੰਸੀਪਲ ਨੇ ਇੱਥੋਂ ਦੇ, ਇਹਨਾਂ ਨੂੰ ਮੈਂ ਪੁਰਾਣਾ ਜਾਣਦਾ ਜੀ, ਜਿਹੜੇ ਵੀ ਇਹਨਾਂ ਦੇ ਇਲਜ਼ਾਮ ਲੱਗਣ ਦੇ ਆ ਉਹ ਨਜਾਇਜ਼ ਆ ਜੀ।
पर जे बच्चे दादे के सट्टा भी लगिया ने नज़र भी आ रही ने वो आते जी प्रिंसीपल साहब ने मारे उन्होंने सट्टा उन्होंने कोई नहीं लगिया जी वह इन्होंने घरें आए आ हथों पाई पैन इन्हों बकायदा अड्डा ने कहा तेरी पग लाइनी है इदा बहर आ तो जो ये बहर आए आ हथों पाई दे तो माड़ी मोटी तो हथों पाई हो ही जाती है तो कोई एडा इशू होया नहीं जी वो भी पिंड ने यह भी पिंड फिर मामला इन्ना वधिया क्यों बच्चा भी इल्जाम ला रहा प्रिंसीपल से वो तो सू आप नहीं पता लगता जी मामला क्यों उन्होंने इन्ना बताया वो भी नहीं इदा के है तो ना ही इदा के आ बाकी जेडे शरारती अंसर आ जिदा डीसी जी उ उन्होंने कह रहे बार बार जी तुम परचा दो क्योंकि उन्होंने लाली के नाल पहला ही लाग डाग हैगी वीरना इस करके वो जान बुझ के वह नजायज उन्होंने परचा करवा चाहते हैं जी इस स्कूल के प्रिंसीपल से पहला भी इस तरह के इल्जाम नहीं जी 21 साल हो गए उन्होंने स्कूल खोलिया यहोजा कोई इल्जाम नहीं इन्हों घट्टो घट नहीं तो 2000 बच्चा पढ़ता जी प्रशासन को गए हो प्रशासन को यही मंग करते हैं जी सच्चाई का साथ दो बस हाँ जी मेरा नाम जगजीत सिंह है जी तो विश्व पब्लिक स्कूल हाई स्कूल है जी हाँ जी मैं एज ए प्रिंसीपल हाँ जी विवाद जो पैदा हो बच्चे की यूनिफॉर्म को लेकर की है विवाद क्यों मारिया गया उन्होंने सर मारिया नहीं झिड़किया वा सारियां नूं सर इस गल तो सर मैं काफ़ी देर तो कह रहा सीगा कि प्रॉपर यूनिफॉर्म पा के आओ बट इनडिसिप्लिन क्रिएट कर रहे सी मैं पेरेंट्स नूं ऑलरेडी बच्चों सारियां नूं प्रेयर दे चुकी किया पर उन्होंने मेरी गल नहीं मनी मैं झिड़क के उन्होंने क्लास भेज दिता बच्चे दे दादे दे भी सट्टा लगियां उन्होंने भी बयान दिते ने कि तुसीं तुहाडे वल्लों हत्थों पाई कीती गई है तो सट्टा लाइया गईआं सर हत्थों पाई मैं नहीं जी उन्होंने स्टार्ट की उन्होंने आंदियां ही मैनूं पहलां ते गालां कढ़नियां शुरू करतीआं नाले कहिंदे कि तूं साडे बच्चियां नूं कहण वाला कौन हुंदा है तू बाहर आ असी तेरे नाल बाहर वेखना मैनू ऑफिस चो बाहर उन्होंने बुलाया की जरूरत इन्नी पै गई प्रिंसीपल साहब जी हथों पाई हुंदी नौबत आ गई सर मैनू आप नहीं पता सर क्योंकि फस्ट टाइम जो 20 साल साढ़े ना कोई प्रॉब्लम नहीं आई तो अज एक ही पेरेंट्स क्यों मतलब ही किस तरह हुई मैं आप नहीं ये बारे सर असी नहीं कुटिया सर तो कम की हुई है वो सर उन्होंने बाहर बुलाया कहिंदे बाहर आ साडे होर भी पेरेंट्स ने जिन्होंने तेरे नाल गल करनी आ मैनू इस करके बाहर आना पिया बाहर आ के उन्होंने एक फोन करने शुरू कर दिते दूसरा मैनू कहिंदे तू मतलब भी बनेहर दा तू बच्चों करता है उन्होंने मैनू धक्का लगाया तो साडे वालों भी धक्का लगा वो डिग पे डिगण करके हो सर बंदा कोई भी नहीं सर एक टीचर मतलब जिहड़े हुंदे आ टीचर सारे इत्थे सीगे ते होर ते बंदा सर कोई भी नहीं सीगा सर सीसीटीवी सर मैनू ये सारा प्लान लगता क्योंकि सर 4 दिन पहला जो सीसीटीवी हार्ड डिस्क मेरी करप्ट हुई है दैन बंदा उसे ठीक करता पाया छुट्टी टाइम तो पहला भी उन्हें आप किया जरा थोड़ी खराब हो गई है इनू देखना पैना है सर वो लैके गया उन्हें कंपनी वापस भेजी हुई है पर ਇਹ ਸਾਰਾ ਹੀ ਸਰ ਮੈਨੂੰ ਆ ਮੈਂ ਇਸ ਗੱਲ ਦਾ ਮੈਨੂੰ ਸਮਝ ਨਹੀਂ ਲੱਗ ਰਿਹਾ ਤੁਹਾਨੂੰ ਪਤਾ ਕੈਮਰੇ ਖਰਾਬ ਰਿਹਾ ਪੇਰੈਂਟਸ ਥੋੜੀ ਪਤਾ ਵੀ ਕੈਮਰੇ ਖਰਾਬ ਹੈ ਸਰ ਬਾਹਰ ਚੈੱਕ ਕਰਦੇ ਪਏ ਸਰ ਬਾਹਰਲੇ ਪਾਸੇ ਡੀਵੀਆਰ ਆ ਸਰ ਸਾਰੇ ਪੇਰੈਂਟਸ ਉੱਥੇ ਹੁੰਦੇ ਆ ਪਹਿਲਾਂ ਵੀ ਰੰਜਸ ਚੱਲ ਰਹੀ ਸੀ ਤੁਹਾਡੀ ਇਸ ਫੈਮਿਲੀ ਨਾਲ ਜੀ ਸਰ ਨਹੀਂ ਇਸ ਫੈਮਿਲੀ ਨਾਲ ਕੋਈ ਨਹੀਂ ਫਿਰ ਕੀ ਮੁੱਦਾ ਹੋ ਗਿਆ ਸਰ ਮੈਨੂੰ ਤੇ ਇਹੋ ਹੀ ਗੱਲ ਨਹੀਂ ਕਿ ਸਰ ਰਮੇਸ਼ ਜੀ ਸਰ ਮੇਰੇ ਨਾਲ ਕਾਫੀ ਅੱਛੇ ਵਿਹਾਰ ਕਰਦੇ ਸੀ ਕਿ ਮੈਂ ਇਹੋ ਜੀ ਕੋਈ ਗੱਲ ਹੀ ਨਹੀਂ ਕੀਤੀ ਬਟ ਫਸਟ ਟਾਈਮ ਮੈਂ ਆਪ ਜਿਹੜਾ ਹੈਗਾ ਸਰਪ੍ਰਾਈਜ਼ ਹੋ ਗਿਆ ਕਿ ਮੇਰੇ ਨਾਲ ਕਿਉਂ ਇਸ ਤਰ੍ਹਾਂ ਕਰ ਲੱਗ ਪਏ ਪਾਰਟੀ ਕਿੱਥੋਂ ਦੀ ਰਹਿਣ ਵਾਲੀ ਹੈ ਸਰ ਵੇਰਕੇ ਦੀ ਰਹਿਣ ਵਾਲੀ ਸਰ ਉਹਨਾਂ ਨਾਲ ਹੋਰ ਵੀ ਬੰਦੇ ਆਏ ਸੀ ਨਾਲ ਸਰ ਉਸ ਟਾਈਮ ਤੇ ਸਿਰਫ ਉਹਨਾਂ ਦਾ ਬੇਟਾ ਸੀ ਤੇ ਉਹ ਦੋਨੋਂ ਜਣੇ ਸੀ ਤੇ ਪਰ ਬਾਹਰ ਉਹ ਕਹਿੰਦੇ ਸੀ ਆਏ ਤੇ ਬਾਹਰ ਉਹ ਬੁਲਾ ਰਹੇ ਸੀ ਫੋਨ ਕਰ ਕਰਕੇ ਸਿਰਫ ਇਹ ਹੋਇਆ ਵਾ ਕਿ ਉਹਨਾਂ ਨੇ ਮੈਨੂੰ ਤਾਂ ਮੇਰੇ ਕਾਲਰ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤੇ ਮੈਂ ਪਰ ਪ੍ਰਿੰਸੀਪਲ ਦਾ ਛੋਟਾ ਜਿਹਾ ਬੱਚਾ ਹੈ ਜਿਹੜਾ ਉਹ ਅਜੇ ਇੰਨੀ ਸਮਝ ਨਹੀਂ ਆ ਉਹ ਵੀ ਤੁਹਾਡੇ ਉੱਪਰ ਇਲਜ਼ਾਮ ਲਾ ਰਿਹਾ ਉਹਦੇ ਵੀ ਬਿਆਨ ਲਿਖੇ ਨੇ ਉਹ ਵੀ ਤੁਹਾਨੂੰ ਸਰ ਮੇਰੇ ਸਾਹਮਣੇ ਬੱਚੇ ਨੇ ਆਪ ਦੱਸਿਆ ਸੀ ਉਹਨਾਂ ਨੂੰ ਆਪਣੇ ਦਾਦਾ ਜੀ ਨੂੰ ਕਿ ਹਾਂਜੀ ਇਹਨਾਂ ਨੇ ਕਿਹਾ ਸੀਗਾ ਮੈਂ ਘਰ ਵੀ ਗੱਲ ਕੀਤੀ ਆ ਬਟ ਮੈਨੂੰ ਪੇਰੈਂਟਸ ਨੇ ਨਹੀਂ ਪਾ ਕੇ ਦਿੱਤੀ ਤੇ ਇਸ ਕਰਕੇ ਸਰ ਨੇ ਡਾਂਟਿਆ ਕਰਵਾਉਂਦਾ ਕਿ ਮੇਰੇ ਦਾਦਾ ਜੀ ਨੂੰ ਪ੍ਰਿੰਸੀਪਲ ਨੇ ਮਾਰਿਆ ਸਰ ਮੈਂ ਦੱਸੋ ਸਰ ਮੇਰੇ ਉਹ ਰਿਸਪੈਕਟਡ ਮੈਂ ਸਰ ਜੋ ਮੇਰੇ ਤੋਂ ਵੱਡੇ ਨੇ ਮੇਰਾ ਸਰ ਕੰਮ ਆ ਮੈਂ ਜੀ ਮੈਂ ਹੀ ਜੇ ਸਰ ਮਾਰਾਂਗਾ ਤੇ ਸਰ ਫਿਰ ਬਾਕੀ ਬੱਚਿਆਂ ਨੇ ਕੀ ਕਰਨਾ ਸਰ ਇਹ ਮਾਮਲਾ ਪਹਿਲਾਂ ਹੈ ਕਿ ਅੱਗੇ ਵੀ ਹੋਇਆ ਰਿਸ਼ਤਾ ਸਰ ਨਹੀਂ ਪਹਿਲਾਂ ਹੀ ਆ ਜੀ ਸਰ ਫਿਰ ਮੰਗ ਸ਼ਾਸਨ ਤੋਂ ਕੀ ਚਾਹੁੰਦੇ ਹੋ ਸਰ ਮੈਂ ਤਾਂ ਇਹੋ ਹੀ ਕਹਿਣਾ ਕਿ ਸਰ ਘੱਟੋ ਘੱਟ ਪ੍ਰਸ਼ਾਸਨ ਤੋਂ ਸਾਨੂੰ ਇਹ ਤਾਂ ਕਹੋ ਕਿ ਜੇ ਅਸੀਂ ਟੀਚਰ ਹਾਂ ਜਾਂ ਮਤਲਬ ਕੋਈ ਵੀ ਟੀਚਰ ਆ ਮੈਂ ਤਾਂ ਐਜ਼ ਚਲੋ ਪ੍ਰਿੰਸੀਪਲ ਹਾਂ ਟੀਚਰ ਦੀ ਰਿਸਪੈਕਟ ਪ੍ਰਿੰਸੀਪਲ ਦੀ ਰਿਸਪੈਕਟ ਤਾਂ ਕਰੋ ਤੁਸੀਂ ਆ ਕੇ ਬਾਹਰ ਬੁਲਾ ਕੇ ਉਹਨਾਂ ਨੂੰ ਕਹਿ ਰਹੇ ਹੋ ਵੀ ਅਸੀਂ ਤੁਹਾਨੂੰ ਮਾਰਨਾ ਮੈਂ ਤਾਂ ਅੱਜ ਖਲਾਰਾ ਪਾਉਣਾ ਮੈਂ ਅੱਜ ਦੇਖਣਾ ਤੇਰੇ ਚਪੇੜਾਂ ਮਾਰ ਕੇ ਜਾਣੀਆਂ ਤੂੰ ਸਾਡੇ ਬੱਚੇ ਨੂੰ ਕਿਹਾ ਕਿਉਂ
सर मैं इस गल तो अजकल का सोसाइटी जा किधर रही है, मैनू तो यह नहीं समझ लगती। जे साडी नहीं रिस्पैक्ट हो बच्चे, जे मेरी नहीं रिस्पैक्ट कर रहे बच्चे नहीं कर रहे। सर मैं सट्टा नहीं लाइया सर, उन्होंने मैंने धक्का मारिया, मैं भी धक्का लगाया, वो डिगे ने, बिल्कुल नजायज है सर। मैं भी गया, मैं भी दरखास्त दी हुई है। देखो जी साढ़े मैटर आया जी नोटिस दे विच कि विश्व पब्लिक स्कूल आ जी वेरके उत्थों दे प्रिंसीपल वालों किसी स्टूडेंट दे नाल जिहड़ी आ मारपिटाई जिवें कीती गई है, तो इहदे संबंध चलो जो भी साढ़े कोल फैक्ट आउणगे सामने उहदे मुताबिक जिहड़ी आ कानूनी कार्रवाई अमल च लिआंदी जाऊगी। किन्नां वालों दरख्वास्त आई? देखो अपना स्टूडेंट आ जी थर्ड क्लास का अपना रमन कुमार, उहदे अपना दादा ने राकेश कुमार जी, तो उन्होंने जिमें मतलब पता लगा सी कि उन्होंने थोड़ा मामूली जिमें सट्टा वगैरह भी लगिया वा, तो जो भी मैडिकल रिपोर्ट होगी जो भी फैक्ट तो अपने स्टेटमेंट है ना सामने आने के स्टेटमेंट लिखा मुताबिक कार्रवाई की जाएगी।